Please subscribe our channel for latest updates. ਇੱਕ ਮਾਂ ਆਪਣੇ ਬੱਚੇ ਨੂੰ 9 ਮਹੀਨੇ ਪੇਟ 'ਚ ਰੱਖ ਕੇ ਬੜੀਆਂ ਔਕੜਾਂ ਦੇ ਨਾਲ ਜਨਮ ਦਿੰਦੀ ਹੈ, ਪਰ ਜਦ ਇੱਕ ਮਾਂ ਤੋਂ ਉਸਦਾ ਬੱਚਾ ਜਨਮ ਦੇਣ ਤੋਂ ਬਾਅਦ ਉਸ ਤੋਂ ਵੱਖਰਾ ਹੋ ਜਾਵੇ ਤਾਂ ਉਸ ਮਾਂ 'ਤੇ ਕੀ ਬੀਤਦੀ ਹੈ, ਇਹ ਤਾਂ ਉਸ ਮਾਂ ਨੂੰ ਹੀ ਪਤਾ ਹੁੰਦਾ ਹੈ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਪਟਿਆਲੇ ਦੇ ਕੁਸ਼ਲਿਆ ਸਰਕਾਰੀ ਹਸਪਤਾਲ ਤੋਂ, ਜਿੱਥੇ ਸਮਾਣਾ ਦੀ ਰਹਿਣ ਵਾਲੀ ਔਰਤ ਨੇ ਬੀਤੇ ਦਿਨੀ ਇੱਕ ਲੜਕੇ ਨੂੰ ਜਨਮ ਦਿੱਤਾ ਸੀ ਅਤੇ ਅੱਜ ਇਸ ਬੱਚੇ ਦਾ ਬੈੱਡ ਸ਼ਿਫਟ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਸ ਬੱਚੇ ਨੂੰ ਕੋਈ ਚੋਰੀ ਕਰਕੇ ਲੈ ਗਿਆ, ਜਿਸ ਤੋਂ ਬਾਅਦ ਬੱਚੇ ਦੀ ਮਾਂ ਅਤੇ ਉਸਦੇ ਪਰਿਵਾਰ ਵਾਲੇ ਗਹਿਰੇ ਸਦਮੇ 'ਚ ਨੇ। ਕੀ ਹੋਈ ਘਟਨਾ? ਡਾਕਟਰਾਂ ਦਾ ਉਰੇ ਕੀ ਕਹਿਣਾ ਕਿ ਕੋਈ ਕੈਮਰਾ ਵਗੈਰਾ ਕੁਛ ਨਹੀਂ ਲੱਗਿਆ ਹੋਇਆ ਉਰੇ? ਕੀ ਕੋਈ ਡਾਕਟਰਾਂ ਤੁਹਾਡੀ ਗੱਲ ਹੋਈ ਹੈ? ਤੇ ਹੁਣ ਕੀ ਜਵਾਬਦੇਹੀ ਕਰਦੇ ਨੇ ਜੋ ਤੁਸੀਂ ਹੁਣ ਇੰਨਾ ਵੱਡਾ ਹਾਦਸਾ ਤੁਹਾਡੇ ਨਾਲ ਹੋਇਆ, ਕਿ ਉਹਦੇ ਅਧਿਕਾਰੀ ਤੁਹਾਨੂੰ ਕੀ ਕਹਿੰਦੇ ਨੇ? ਕੋਈ ਨੀ ਆਏ, ਸਾਡੇ ਹੁਣ ਤੱਕ ਕੋਈ ਆਇਆ ਨੀ। ਮੇਰੀ ਬੇਟੀ ਨੂੰ ਪਤਾ ਹੋਊਗਾ, ਮਾੜੀ ਮੋਟੀ ਸੋਚੀ, ਪਾਤਲੀ ਜੀ ਬੁੜੀ ਆ। ਅੱਛਾ, ਤੇ ਕਿੰਨੇ ਚਿਰ ਹੋ ਗਏ ਬੱਚੇ ਜਨਮ ਲੈ ਨੂੰ? ਬੇਬੀ ਸੀਗਾ, ਕੋਈ ਰਿਸ਼ਤੇਦਾਰ ਨਹੀਂ ਸੀਗਾ, ਸਾਰੇ ਰਿਸ਼ਤੇਦਾਰ ਉਹਦੇ ਨੀਚੇ ਸੀ। ਪੇਸ਼ੈਂਟ ਨੇ ਇਹ ਕਿਹਾ ਮੈਨੂੰ, ਜਦੋਂ ਮੈਂ ਪਤਾ ਕੀਤਾ ਤਾਂ ਪੇਸ਼ੈਂਟ ਨੇ ਕਿਹਾ ਕਿ ਮੇਰੇ ਕੋਲ ਮੇਰਾ ਬੱਚਾ ਨਹੀਂ ਹੈਗਾ, ਕੋਈ ਲੈ ਗਿਆ। ਜਦੋਂ ਉਹਨੂੰ ਪੁੱਛਿਆ ਮਰੀਜ਼ ਨੂੰ ਤਾਂ ਇਹ ਕਿਹਾ ਕਿ ਮੈਨੂੰ ਕਿਸੇ ਨੇ ਕਿਹਾ ਕਿ ਤੂੰ ਤੰਗ ਹੋ ਰਹੀ ਹੈ, ਤੂੰ ਇਕੱਲੀ ਬੱਚੇ ਨਾਲ ਮੈਨੂੰ ਪਕੜਾ ਦੇ ਆਪਣਾ ਬੱਚਾ। ਬਿਨਾਂ ਉਹਦੀ ਇਨਫੋਰਮੇਸ਼ਨ ਲਿੱਤੇ ਕਿ ਉਹ ਕੌਣ ਸੀ ਕੌਣ ਨਹੀਂ, ਮਰੀਜ਼ ਨੇ ਆਪਣਾ ਬੱਚਾ ਉਹਨੂੰ ਦਿੱਤਾ। ਅਤੇ ਮੈਡਮ ਤੁਹਾਨੂੰ ਕੀ ਲੱਗਦਾ, ਜਿਸ ਤਰ੍ਹਾਂ ਸੀ ਸੀ ਫੁਟੇਜ ਲੱਗੇ ਹੋਏ ਨੇ, ਸਰਕਾਰੀ ਵਿਭਾਗ ਸੀ ਸੀ ਫੁਟੇਜ 'ਚ ਕੋਈ ਰਿਕਾਰਡਿੰਗ ਵਗੈਰਾ ਹੋਈ? ਹਾਂਜੀ ਹਾਂਜੀ, ਸਾਰੀ ਰਿਕਾਰਡਿੰਗ ਹੁੰਦੀ ਹੈ ਸੀਸੀਟੀਵੀ ਫੁਟੇਜ 'ਚ, ਤੁਸੀਂ ਨੀਚੇ ਰਿਕਾਰਡਿੰਗ ਰੂਮ 'ਚ ਜਾ ਕੇ ਦੇਖ ਸਕਦੇ। ਦੂਜੇ ਪਾਸੇ ਪੁਲਿਸ ਹਸਪਤਾਲ ਦੀ ਸੀਸੀਟੀਵੀ ਫੁਟੇਜ ਖੰਗਾਲਣ 'ਚ ਲੱਗੀ ਹੋਈ ਹੈ, ਜਿਸ ਰਾਹੀਂ ਚੋਰ ਦਾ ਪਤਾ ਲਗਾਇਆ ਜਾ ਸਕੇ, ਅਤੇ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਿੰਨੇ ਬੱਚਾ ਸੀ, ਕਿੰਨੇ ਸਾਲ ਸੀ ਆਪਣਾ? ਕੱਲ੍ਹ ਜਨਮ ਹੋਇਆ ਸੀਗਾ। ਕੋਈ ਸੀ ਸੀ ਟੀ ਕੈਮਰਾ ਵਗੈਰਾ ਚੈੱਕ ਫੁਟੇਜ ਵਗੈਰਾ ਸੀਗੇ? ਸਰਜੀਕਲ ਵਾਰਡ 'ਚੋਂ ਰਾਤ ਨੂੰ ਡਿਲੀਵਰ ਹੋਇਆ ਸੀ, ਉੱਥੋਂ ਕੋਈ ਬੱਚਾ ਮਾਂ ਤੋਂ ਹੀ ਲੈ ਗਿਆ, ਉਹਦੀ ਪੁਲਿਸ ਬੁਲਾਈ ਹੋਈ ਹੈ ਇਨਕੁਆਇਰੀ ਕਰ ਰਹੀ ਹੈ। ਮੈਡਮ, ਕੋਈ ਤੁਹਾਡੇ ਕੋਲ ਰਿਕਾਰਡ ਵਗੈਰਾ ਹੁੰਦਾ ਵੀ ਕੈਮਰੇ ਦਾ, ਤੁਹਾਡੇ ਕੋਲ ਸੀਸੀ ਫੁਟੇਜ ਚੱਲ ਰਹੇ ਹੋਵੇ ਜਾਂ ਕੁਛ ਇਹਦੇ ਬਾਰੇ ਵੀ ਹੈਗੀ ਨੌਲੇਜ, ਵੀ ਸੀਸੀ ਫੁਟੇਜ ਸਾਰੀ ਚੱਲ ਰਹੀ ਹੈ? ਨਹੀਂ, ਉਹਦੀ ਐਂਟਰੀ ਤਾਂ ਹੋਈ ਜੀ, ਸਾਰੀ ਡਿਲੀਵਰੀ ਦੀ ਸਾਰੀ ਐਂਟਰੀ ਹੋਈ ਹੁੰਦੀ ਹੈ। ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ, ਚੈਨਲ ਪੰਜਾਬ ਨਿਊਜ਼।